ਦੇ 10 ਇਹਦੇ ਅੰਦਰ ਅਗਰ ਗੌਰਮੈਂਟ ਨੇ ਕੋਈ ਕਦਮ ਨਹੀਂ ਲਿਆ ਨਾ ਲਾਸ਼ਾਂ ਦੇ ਢੇਰ ਨਿਕਲੀ ਆਂਗ ਨਹੀਂ ਤਾਂ ਅਸਾਂ ਕੋਈ ਮਰਡਰ ਨਹੀਂ ਕਰੇਗਾ ਖੁਦ ਮਰਡਰ ਆਪਣੇ ਆਪ ਦੇ ਐਸਾਪੇ ਕਰਕੇ ਇਹਦੇ ਕੋਲ ਆ ਕੇ ਸਾੜਾ ਕੋਈ ਚੱਲ ਰਿਹਾ ਸਰ ਕੁੱਥੇ ਜਾਣਾ ਕੁੱਥੇ ਜਾਣਾ ਤਾਂ ਸੱਤ 40 ਸਾਲੇ ਜਿਵੇਂ ਤੁਹਾਨੂੰ ਹੱਥ ਚਿਲੇ ਨਾ ਗਲਤ ਚੀਜ਼ੇ ਸਰ ਕਰਚੇ ਕੇ ਤੂੰ ਦੱਸੋ ਤੁਸਾਰੇ ਤੁਸਨੇ ਇੱਕ ਸਾਸੀ ਡੋਰ ਇੱਕੇ ਸੁੱਤੀ মিডিਆ ਉਪਰ ਇਹ মিডিਆ ਸਾਡੀ ਬਹੁਤ ਮਦਦ ਕਰਾਦੀ ਅ ਸਤ ਸਤ ਪਰਨਾ ਭਗਵਾਨ ਅਗੇ ਕਰਨੇ ਆ ਭਗਵਾਨ ਇਨੀ ਨਨ ਸੁਖ ਸ਼ਾਂਤੀ ਦੇ মিডিਏ ਕੀ ਜਿਹੜੀ ਸਾਡਾ ਮੈਂ ਦੁੱਧ ਪੂਰਾ ਨਹੀਂ ਕਰ ਸਕਾ ਵੈ ਕਲੀਅਰ ਤੁਹਾਨੂੰ ਖਾ ਕਿੰਨੇ ਦਿਨ ਹੀ ਨਹੀਂ ਥੋਈ ਅਲੀ ਤੱਕ ਹਾਂ ਮਾਰੇ ਤੋਂ ਗੱਲ ਕਾ 60 70 ਮਹੀਨੇ ਪਹਿਲੇ ਪੈਂਡਿੰਗ ਹੈ ਉਥੋ ਹੀ ਗਣੀ ਤੁਹਾਡੀ ਤੁਹਾਡੀ ਆਪਣੀ ਤੁਹਾਡੀ ਸੱਚ ਬੋਲੋ ਆਪਣੀ ਗੱਲ ਸਰਾਣਾ 70 ਮਹੀਨੇ ਦੀ ਮੇਰੀ ਪੈਂਡਿੰਗ ਹੈ ਤੇ ਕਲੀਅਰ 2 ਮਹੀਨੇ ਦੀ 1 ਮਹੀਨੇ ਪਹਿਲੇ ਜਹ ਨਹੀਂ ਖਾਣਾ ਬੋਵੇ ਕਲੀਅਰ ਗੱਲ ਕਰ ਰਣਾ ਨਹੀਂ ਜੈ ਨਹੀਂ ਖਾਇਓ ਮਰੇ ਕਲੀਅਰ ਹੈ ਠੀਕ ਹੈ ਮਨਣਾ ਤੁਹਾਡੀ ਗੱਲ ਸਾਡੀ ਇਹ ਬੱਚੇ ਬੱਚੇ ਕਿਥੇ ਪਰਦੇ ਤੁਹਾਡੇ ਨਮਸਕਾਰ ਜੀ ਰਾਮ ਰਾਮ ਤੁਸੀਂ ਦੇਖਦੇ ਹੋ ਆਪਣਾ ਪਹਾੜੀ ਐਕਸਪ੍ਰੈਸ న్యూਸ ਰਿਆਸੀ ਇਸ ਵੇਲੇ ਅਸ ਪਹਾੜੀ ਲੋਕੇ ਕਈ ਸਾਰੇ ਦਰਸ਼ਕਾਂ ਦੀ ਰਿਪੋਰਟ ਵੀ ਹੈ ਕਿ ਚੈਨਲ ਤੇ ਹੁੰਦਾ ਪਹਾੜੀ ਹੈ ਪਰ ਤੁਸੀਂ ਪਹਾੜੀ ਬੋਲਦੇ ਨਹੀਂ ਹੋ ਜਨਾਬ ਅਸੀਂ ਇਸ ਕਰੀ ਨਹੀਂ ਬੋਲਦੇ ਹੈ ਕਿ ਜਿਹੜੇ ਜੰਮੂ ਕਸ਼ਮੀਰੀ ਬੈਠੇ ਬਾਹਰ ਦੇ ਲੋਕ ਤੇ ਅਗਰ ਅਸੀਂ ਪਹਾੜੀ ਬੋਲੀ ਅਗਰ ਅਸੀਂ ਆਪਣੀ ਭਾਸ਼ਾ ਬੋਲੀ ਤੋ ਸ਼ਾਇਦ ਉਹਨੇ ਕੀ ਸਮਝ ਵੀ ਨਹੀਂ ਆਣੀ ਹੈ ਇਸ ਕਰੀਏ ਅਸੀਂ ਜਿਆਦਾ ਤੌਰ ਉਪਰ ਅਸੀਂ ਆਪਣੀ ਹਿੰਦੀ ਕੇ ਯੂਜ਼ ਕਰਦੇ ਹੈ ਪਰ ਅੱਜ ਸਾਡੇ ਕੰਨੇ ਮਤਾ ਮਤਾ ਧੰਨਵਾਦ ਕਰਨੇ ਅਸੀਂ ਉਹਨੇ ਪਾੜੀਆਂ ਦਾ ਜਿਨੇ ਸਾਡੇ ਗ੍ਰਾਂਦੇ ਲੋਕ ਵੀ ਸਾਡੇ ਕੰਨੇ ਤੁਸੀਂ ਲੋਕੇ ਆਖਣਾ ਕਿ ਦੇਖੋ ਜੀ ਇਹ ਸਾਰੇ ਬੜੇ ਬੜੇ ਨੇਤਾ ਲੋਕੇ ਦੇ ਰਿਪੋਰਟ ਲਾਂਦੇ ਨੇ ਇੱਕ ਨੇਤਾ ਲੋਕੇ ਕਿ ਅੱਗੇ ਲਈ ਆਦੇ ਤੇ ਬਾਕੀ ਗਰੀਬੇ ਦਾ ਕੋਈ ਨਹੀਂ ਅੱਜ ਸਾਡੇ ਕੰਨੇ ਗਰੀਬ ਦੇਲੀ ਵੇਜਦੀ ਦਾ 6000 ਰੁਪਏ 3000 ਰੁਪਏ 9000 ਰੁਪਏ ਬੈਠਾ ਗਰੀਬ ਪਾੜਿਆ ਦਾ ਮਰੇ ਤੂੰ ਦਾ ਬੜਾ ਬੜਾ ਮਤਾ ਮਤਾ ਧੰਨਵਾਦ ਤੁਸ ਆਪਣਾ ਨਾਮ ਦੱਸਿਓ ਮੈਂ ਪਹਾੜੀ ਐਕਸਪੈਕਸ ਦਾ ਬੜਾ ਬੜਾ ਤਨਿਆਬਾਦ ਕਰਨਾ ਮੇਰਾ ਨਾਮ ਰਣਜੀਤ ਸਿੰਘ ਹੈ ਤੇ ਮੈਂ ਇੱਕ ਪੀ ਐਚ ਦਾ ਡਿਲੀਵਰਰ ਹਾਂ ਤੇ ਉਹਦੇ ਬਾਅਦ ਸਾੜੀ ਜਿਹੜੀ ਪ੍ਰੋਬਲਮ ਸਮੱਸਿਆ ਸਮੱਸਿਆ ਕੀ ਤੁੰਦੀ ਇਸ ਲਈ ਇਸ ਲਈ ਤੁਸੀਂ ਕੀ ਫੀਲ ਕਰਦੇ ਤੁੰਦੀ ਬੱਚੇ ਕਿੰ ਆ ਚੱਲਦੇ ਨੇ ਖਰਚਾ ਕਿੰ ਚੱਲਦਾ ਕਰ ਤੁਸੀਂ ਤੇ ਬੈਠੇ ਦਿਓ ਤੇ ਕਰੇ ਜਾਤ ਜਨਾ ਬੱਚੇ ਦਾ ਕੀ ਹਾਲ ਸਰ ਕੁੱਥੋ ਰੋਟੀ ਰੋਜੀ ਰੋਟੀ ਲੱਭਾ ਦੀ ਬੜੀ ਮੁਸ਼ਕਲ ਹੋਵਾਦੀ ਹੈ ਸਰ ਇਹ ਰੋਜੀ ਰੋਟੀ ਦਾ ਔਰ ਕਰਾਇਆ ਦਾ ਵੀ ਇਥੇ ਪੈਸੇ ਮੰਗਣੇ ਲਈ ਆਉਣਾ ਪਉਂਦਾ ਜਿੱਲੇ ਵੀ ਤਨਖਾਹ ਸਾਡੇ ਡਿਪਾਰਟਮੈਂਟ ਵਿੱਚ ਆਉਂਦੀ ਹੈ ਅਗਰ ਗਵਰਨਮੈਂਟ ਉਪਰਾਂ ਦਾ ਰਿਲੀਜ਼ ਵੀ ਕਰਦੀ ਹੈ ਅਤੇ ਅਸੀਂ 2-2 ਮਹੀਨੇ ਇਥੇ ਰੋਈ ਰੋਈ ਹੈ ਇੰਦੇ ਪੈਰ ਬੰਦੀ ਬੰਦੀ ਹੈ ਇੰਦੇ ਗੋਡੇ ਹੱਥ ਲਾਈ ਲਾਈ ਹੈ ਅਸੀਂ ਆਪਣੀ ਮਜ਼ਦੂਰੀ ਇਹਨੇ ਅਫਸਰੇ ਕੋਲੋਂ ਲੈਣੀ ਪਉਂਦੀ ਹੈ ਪਰ ਇੰਦੇ ਪੈਰ ਬੰਦਨੇ ਦੇ ਬਾਵਜੂਦ ਵੀ ਇਹ ਮਤਲਬ ਕਿ ਸਾਡੇ ਉਪਰੇ ਲਤੈ ਛੜੀਏ ਜਾਣਗੀ ਇਹ ਜਿਲੇ ਪੈਸਾ ਜਿਲੇ ਉਹਨ ਪੈਸਾ ਜਿਲੇ ਪਹਿਲੇ ਆਇਆ ਹ ਪਿਛਲੇ ਮਹੀਨੇ ਸਾਰਾ ਪੈਸਾ ਦਿੱਤਾ ਉਹਦੇ ਬਾਅਦ ਵੀ ਪੈਰ ਪકડਣਾ ਪਉਂਦੇ ਨਾ ਬਿਲਕੁਲ ਉਹਦੇ ਬਾਅਦ ਵੀ ਪੈਰ ਪકડਣਾ ਪਉਂਦੇ ਉਹਨ ਦੇਖੋ ਦੋ ਮਹੀਨੇ ਦੀ ਦੂਗੇ ਮਹੀਨੇ ਦੀ ਵੀ ਲਾਰਡਮੈਂਟ ਆਈ ਚੁੱਕੀ ਦੀ ਹੈ ਇਲੇ ਦਾ ਕਰ ਕੁਸੇ ਵੀ ਡੇਲੀ ਵੇਜਰ ਭਰਾਗੇ ਸਾੜੇ ਕੀ ਇੱਕ ਮਹੀਨੇ ਦੀ ਵੀ ਨਹੀਂ ਦੋ ਮਹੀਨੇ ਦੀ ਲਾਰਡਮੈਂਟ ਆਈ ਚੁੱਕੀ ਦੀ ਹੈ ਪਰ ਇਲੇ ਦਾ ਕਰ ਇੱਕ ਮਹੀਨੇ ਦੀ ਵੀ ਨਹੀਂ ਇਸ ਡਿਪਾਰਟਮੈਂਟ ਨੇ ਇਹਨੇ ਅਫਸਰ ਦਿੱਤੀ ਹੈ ਤੇ ਇਸ وجہ ਕਾਰਨ ਬੜੀ ਗੇ ਮੁਸ਼ਕਲ ਹੋ ਆਦੀ ਅੱਜ ਉਹਨ ਇੱਥੇ ਬੈਠੇ ਦੇ ਗਏ ਮੇਰਾ ਕੇ ਬੱਚਾ ਫੋਨ ਕਰਦਾ ਪਾਪਾ ਜੀ ਇੱਕ ਸਾਇੰਸ ਦਾ ਸੋਲਿਡ ਪੇਪਰ ਲਈ ਆਇਓ ਮੇਰੀ ਜੇਬਾਂ ਚ 30 ਰੁਪਏ ਸਾਰੇ ਬਜੇ ਦੇ 50 ਰੁਪਏ ਘਰਾਂ ਕੁਸੇ ਗਵਾਂਢੀਏ ਕੋਲੋਂ ਕਰਜ਼ਾ ਚੁੱਕਿਆ ਆਇਆ ਹਾਂ ਅਤੇ ਮੈਂ ਸਾਲ ਸਾਲ ਸੋਲਿਡ ਪੇਪਰ ਕੁਦਰਾ ਲੈਣਾ ਸਵੇਰੇ ਉਹਦੇ ਹਸਤੰਨੇ ਪਰ ਇਹਗੇ ਇਹ ਸਾਡੇ ਐਲਜੀ ਸਾਹਿਬ ਹੋਰੇ ਵੀ ਦੇਖਣਾ ਚਾਹੀਦਾ ਔਰ ਓਮ ਮਿਸਟਰ ਸਾਹਿਬ ਹੋਰੇ ਵੀ ਇਹ ਸਾਡਾ ਆਵਾਜ਼ ਜਿਹੜੀ মিডিਆ ਥਰੂ ਪਾਰੀ ਐਕਸਪ੍ਰੈਸ ਥਰੂ ਜਾਦੀ ਹੈ ਇਸੇ ਦੇਖਣਾ ਚਾਹੀਦਾ ਔਰ ਇਹਦੇ ਉੱਪਰ ਬੜੀ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਹੈ ਜੈ ਹਿੰਦ ਬਖਾ ਐਲਜੀ ਸਾਹਿਬ ਦੇ ਜਨਾਬ ਬਾਹਰ ਦੇ ਨੇ ਡੋਗਰੀ ਸਮਝਾਣੀ ਨਹੀਂ ਮੇਰੇ ਸਾਹ ਬਿਕਨੇ ਤੇ ਜਨਾਬ ਤੁੰਦਾ ਵੀ ਬੜਾ ਬੜਾ ਧੰਨਵਾਦ ਪਾਰੀ ਐਕਸਪ੍ਰੈਸ ਨਿਊਜ਼ ਚ ਤੁੰਦਾ ਨਾਮ ਦੱਸਿਓ ਕਹਿੰਦੇ ਕਹਿੰਦੇ ਆਪਣੀ ਪ੍ਰੋਬਲਮ ਦੱਸਿਓ ਇਸ ਲਈ ਤੁੰਦੀ ਕਿੰ‍या ਕਾਰਗਰ ਕਰੇਤੀ ਚਲਾਦੀ ਮੇਰਾ ਨਾਮ ਰਾਮਕ੍ਰਿਸ਼ਨ ਤੇ ਮੈਂ ਡੇਲੀ ਬਿਜ਼ਰ ਯਾਚੀ ਪ੍ਰੋਬਲਮ ਕੀ ਸੁਣਾਣੀ ਹੈ ਧਮਸੇ ਕਮਸੇ ਇਸਲੇ ਤੱਕ ਘਟ ਕੋ ਘਟ ਪਿਆ ਖੜ ਜਾਂਦਾ ਕੋ 100 ਦੇ 12 13 ਦਿਨ ਹੋਈ ਆ ਐਜੀਟੇਸ਼ਨ ਕੀ ਚਲਾंदे ਮੇਗੀ ਇਹ ਸਮੇਂ ਨਹੀਂ ਆਂਦੀ ਕਿ ਗਵਰਨਮੈਂਟ ਅਗਰ 370 ਰਾਤੋਂ ਰਾਤ ਰੋੜੀ ਸਕਦੀ ਹੈ ਇਹਨੇ ਡੇਲੀ ਬਿਜ਼ਰ ਦਾ ਮਸਲਾ ਉਹ ਛੋੜੋ ਮਲੇ ਕਿ ਤੁਸੀਂ ਇਸਲੇ ਕਰੇ ਤੁੰਦੀ ਕਰੇ ਸਥਿਤੀ ਦੱਸੋ ਬਲ ਇਸ ਕਰੇ ਸਥਿਤੀ ਸਥਿਤੀ ਇਹ ਹੈ ਸੱਤ ਬੰਦੇ ਨੇ ਮੇਰੇ ਪਿੱਛੇ ਖਾਣ ਵਾਲੇ ਸਹੀ ਇਸਨਾ ਕਲੀਅਰ ਤੇ ਨੌਕਰੀ ਕਰਨੀ ਹੈ ਪੂਰੀ ਕਰਨੇ ਉਹ ਐਜੂਕੇਸ਼ਨ ਹਰਤਾ ਬਣਨੇ ਹਾਰੇ ਇੱਕ ਚੀਜ਼ ਸਾਡੇ ਚਲਾਦੀ ਹੈ ਖਰਚਾ ਕਰਨਾ ਕੋਥੂ ਹੈ ਬੱਚੇ ਬੱਚੀਆਂ ਨਿਕ ਨਿਕਿਆ ਦੋ ਬੱਚੇ ਹੋਦੇ ਮੇਰੇ ਘਰ ਆਪਣੀ ਗੱਲ ਕਰਨਾ ਹੁੰਦਾ ਮੈਂ ਦੁੱਧ ਪੂਰਾ ਨਹੀਂ ਕਰ ਸਕਦਾ ਹੈ ਕਲੀਅਰ ਹੱਥੋਂ ਖਾ ਕਿੰਨੇ ਦਿਨ ਨਹੀਂ ਥੋਈ ਵਾਲੀ ਤੱਕ ਹਾਂ ਮਾਰੇ ਤਾਂ ਗੱਲ ਦਾ 60 70 ਮਹੀਨੇ ਪਹਿਲੇ ਪੈਂਡਿੰਗ ਹੈ ਉਥੋਂ ਹੀ ਗਣੀ ਤੁਹਾਡੀ ਤੁਹਾਡੀ ਆਪਣੀ ਤੁਹਾਡੀ ਸੱਚ ਬੋਲੋ ਆਪਣੀ ਗੱਲ ਸੁਣਾਣਾ 70 ਮਹੀਨੇ ਦੀ ਮੇਰੀ ਪੈਂਡਿੰਗ ਹੈ ਤੇ ਕਲੀਅਰ 2 ਮਹੀਨੇ ਦੀ 1 ਮਹੀਨਾ ਦੇ ਤਰੇ ਦਿਨ ਹੋਈ ਕਿੰਨੇ ਸਾਲ ਹੋਏ ਨੌਕਰੀ ਤੁਹਾਡੀ ਮੇਰੇ ਬਾਪ ਨੂੰ ਨੌਕਰੀ ਹੋਈ 13 ਸਾਲ ਤਰੇ 2 ਮਹੀਨੇ ਸਾਡੇ ਇੱਥੇ ਆਜ ਦੀ ਵੀ ਹੈ ਇਹ ਲੈ ਤੱਕ ਅਸੀਂ ਉਹ ਵੀ ਨਹੀਂ ਥੋਵਾ ਦੀ ਹੈ ਛੰਦੇ ਪੈਰ ਛੁਨੀਆਂ ਸਾਰੇ ਕੰਮ ਕਰਨਿਆ ਆ ਇਹ ਤਾਂ ਅੱਖੇ ਤਾਂ ਵਾ ਨਹੀਂ ਉਪੀਂਦਿਆ ਦਸੋ ਕਰਨਾ ਕੀ ਹੈ ਕਿਹੜੇ ਰਸਤਾ ਜਾਣਾ ਕਸਮ ਕਰਿਆ ਖਣਾ ਬਹੁਤ ਗੁਰੀ ਹਾਲ ਹੋਈ ਦੀ ਹੈ ਪਤਾ ਨਹੀਂ ਗਵਰਨਮੈਂਟ ਕਿਹੜੀ ਅੰਗੀ ਗੁਰੀ ਹੋਈ ਦੀ ਹੈ ਜਿਹੜੀ ਸਾਢੇ 12 ਸੋਚਾ ਦੇਣੀ ਹੈ ਲੈ ਤਾਂ ਇਨੇ ਪਰੇਸ਼ਾਨ ਆ ਮੇਰੇ ਇੰਜ ਲੱਗਾ ਮੇਰੀ ਸਿਸਟਰ ਦਾ ਅਗਲੇ 2 ਮਹੀਨੇ ਚ ਵਿਆਹ ਹੈ ਕਲੀਅਰ ਗੱਲ ਕਰਨਾ ਮੇਗੀ ਇਹ ਲੱਗਾ ਦਾ ਕਿ ਭੈ ਮੇ ਉਸ ਕੋਲ ਪਹਿਲੇ ਜੈ ਨਹੀਂ ਖਾਣਾ ਪਵੇ ਕਲੀਅਰ ਗੱਲ ਕਰਨਾ ਨਹੀਂ ਜੈ ਨਹੀਂ ਖਾਇਓ ਮਰੇ ਕਲੀਅਰ ਹੈ ਠੀਕ ਹੈ ਮਨਣਾ ਤੁਹਾਡੀ ਗੱਲ ਸਾਡੀ ਜਿੰਨੀ ਵੀ ਟੀਮ ਬੈਠੀ ਜਤਿੰਦਰ ਸਿੰਘ ਹੋਰ ਉਹ ਬੜਾ ਅਸੀਂ ਸਮਝਾਉਣ ਕਸਮ ਕਰ ਰਖਣਾ ਸਾਡੇ ਜੇ ਦਿਲ ਚ ਬਹੁਤ ਬੁਰਾ ਹਾਲ ਹੋਈਦਾ ਜਾਣਾ ਦਾ ਜਾਣਾ ਕਿਹੜੀ ਸਾਈਡ ਹੈ ਕੋਈ ਪਤਾ ਨਹੀਂ ਚੱਲਦਾ ਕੀ ਕਰਚਾ ਇਹ ਕਿ ਬੱਚੇ ਬੱਚੇ ਕੁੱਥੇ ਪਰਦੇ ਤੁਹਾਡੇ ਬੱਚੇ ਕਿ ਮੈਂ ਕਹਿ ਰਿਹਾ ਘਰ ਘਰ ਕੁੱਥੇ ਤੁਹਾਡਾ ਕਾੜ ਮੇਰੇ ਕਾਹ ਲੈਣਾ ਬਹੁਤ ਬੁਰਾ ਹਾਲਤ ਵਿੱਚ ਨਿਕਲਣਿਆ ਪਿਓ ਸਾਡੇ ਖਤਮ ਹੋਈਏ ਤੇ ਅਸੀਂ ਕੋਈ ਗੱਲ ਨਹੀਂ ਹੈ ਬਾਕੀ ਮੇਰਾ ਨਹੀਂ ਹੈ ਹਰ ਇੱਕ ਡਿਲੀ ਬਿਦਰ ਗਨੇ ਯਾਲਵਦਾ ਸਾਰੇ ਗਨੇ ਯਾਲਾ ਜਿਹਨੇ 33 ਸਾਲ 23 ਸਾਲ ਹੋਏ ਦਿੰਦੇ ਡਿਵਾਰਟਮੈਂਟ ਕੀ ਦਿੰਦੇ ਹੋਈ ਹੈ ਇੱਲੇ ਤੱਕ ਹੁੰਦੀ ਕੋਈ ਅਤਾ ਪਤਾ ਨਾ ਲੱਗਾ ਜਾਣਾ ਕਿਹੜੀ ਸਾੜਾ ਹੋਣਾ ਕੀ ਹੈ ਕਿ ਨਹੀਂ ਹੋਣਾ ਜਾਣਾ ਉਥੇ ਫਿਰ ਕਰਨਾ ਕੀ ਹੈ ਚਲੋ ਇੱਕ ਸਾਥੀ ਕਨੇਸ ਹੋਰ ਮਿਲਿਆ ਇਹ ਸਰ ਤੁੰਦਾ ਕੀ ਨਾਮ ਹੈ ਤੁੰਦਾ ਬੜਾ ਮਰਾ ਧੰਨਵਾਦ ਸਾਡੇ ਚੈਨਲ ਦੇ ਵਿੱਚ ਔਰ ਤੁਸੀਂ ਕਿਥੇ ਰਹਿੰਦੇ ਹੋ ਕੀ ਨਾਮ ਹੈ ਤੁਹਾਡਾ ਔਰ ਤੁਦ ਕੀ ਕੀ ਪ੍ਰੋਬਲਮ ਹੈ ਇਸ ਲਈ ਕਿਹੜੀ ਕਿਹੜੀ ਮੁਸ਼ਕਲੇ ਕਨੇ ਸਾਹਮਣਾ ਕਰ ਰਹੇ ਹੋ ਸ਼ੁਕਰੀਆ ਸਰ ਮੇਰਾ ਨਾਮ ਰਾਕੇਸ਼ ਕੁਮਾਰ ਹੈ ਮੈਂ ਗਰਾਹ ਬਿੱਡਾ ਦਾ ਰੋਣਾ ਹਲਾ ਤੇ ਸਬਡਿਵੀਜ਼ਨ ਸਾਡਾ ਰਿਆਸੀ ਹੈ ਡਿਵੀਜ਼ਨ ਆਫਿਸ ਵੀ ਸਾਡਾ ਰਿਆਸੀ ਹੈ ਤੇ ਜਿਹੜੀ ਅਸ ਗੱਲ ਕਰਚਾ ਹੈ ਜੇ ਆਪਣੇ ਬਾਰੇ ਵਿੱਚ ਸੁਨਾ ਤੇ ਅਸ ਆਈਟੀਆਈ ਕਰੀ ਹੈ 2007 ਵਿੱਚ ਡੇਲੀ ਵਜਟ ਲਗੇ ਇਸ ਐਪੀਐਚ ਡਿਪਾਰਟਮੈਂਟ ਵਿੱਚ आईटीआई ਕਰਨੇ ਦਾ باوجود ਵੀ ਅਸੀਂ ਕੀ ਕੋਈ ਸਕਿਲ ਦਾ ਰੇਟ ਨਹੀਂ ਦਿੱਤਾ ਗਿਆ ਅੱਜ ਤੱਕ ਅਸੀਂ ਕੀ ਅਨਸਕਿਲ ਦਾ ਰੇਟ ਵਿੱਚ ਨੇ ਚਲਾਇਆ ਤੇ ਦਿਖਿਆ ਜਾਦਾ ਅਨਜਸਟਿਸ ਸਾਡਾ ਕਨੇ ਪਹਿਲੇ ਵੀ ਹੋਇਆ ਤੇ ਅੱਜ ਤੱਕ ਵੀ ਗਵਰਨਮੈਂਟ ਇਹ ਕਰਾਦੀ ਜਿਸ ਟਾਈਮ ਅਸ ਲੱਗੇ ਹੈ ਤੇ ਮਨ ਵਿੱਚ ਇਹ ਸੋਚ ਹੀ ਕਿ 7 ਸਾਲ ਦਾ ਪੀਰੀਅਡ ਜਿਹੜਾ ਸਾਡਾ ਡੇਲੀ ਜਿਹੜਾ ਪੀਰੀਅਡ ਤੁੰਦਾ ਰਿਹਾ ਉਹਦੇ ਬਾਰੇ ਸੁਣਾਓ ਉਸ ਪੀਰੀਅਡ ਵਿੱਚ ਤੁਸੀਂ ਕਿਹਨਾਂ ਚ ਕਾਰ ਚਲਾ ਦਿਓ ਘਰ ਘਰ ਕਰ ਕ੍ਰੈਸਤੀ ਕਿਹਨਾਂ ਚ ਚਲਾ ਦੀ ਉਹਦੇ ਬਾਅਦ ਵਿੱਚ ਕੀ ਦੱਸਣਾ ਚਾਹੁੰਦੇ ਗੁਰਨ ਸਾਹਿਬ ਜੀ ਕਾਰ ਚਲਾਣ ਦੀ ਜਗਰ ਸਥਿਤੀ ਸੁਣਾਈ ਜਾ ਸਰ ਆ ਗਿਆ ਬੜਾ ਗਾ ਮੁਸ਼ਕਲ ਹੈ ਚਲੋ ਛੋਟ ਛੋਟ ਸੁਣਾਓ ਇਹ ਵੱਡੀ ਲੱਗੇ ਸੁਣਾਣਾ ਤਾਂ ਲੰਬੀ ਕਹਾਣੀ ਹੋਈਂਦੀ ਪਰ ਛੋਟ ਸੁਣਾਓ ਇਸ ਲਈ ਸਰ ਕੋਲ ਬੜੀ ਗੜੀ ਪ੍ਰੋਬਲਮ ਥੋੜੀ ਚੀਜ਼ ਚਲੇ ਗਈ ਜੀ ਤੁਸੀਂ ਡਿਪਰੈਸ਼ਨ ਡਿਪਰੈਸ਼ਨ ਵਿੱਚ ਇਸ ਲਈ ਜਾਂ ਦਬਾਅ ਕੰਮ ਨਹੀਂ ਕਰਦਾ ਬਿਲਕੁਲ ਬੜੇ ਹਾਰੇ ਸਾਥੀ ਸਾਡੇ ਡਿਪਰੈਸ਼ਨ ਵਿੱਚ ਵੀ ਗਏ ਸਾਥੀ ਤੇ ਉਹਦਾ ਕਨ ਕਨ ਅਗਰ ਤਿਖਿਆ ਜਾ ਸਰ ਪਿਛਲੇ 100 ਦੇ ਕੁਝ ਦਿਨ ਹੋਈਏ ਸਾਡੀ ਅਜ ਸਟ੍ਰਾਈਕ ਨਿਰੰਤਰ ਚਲਾਉਂਦੇ ਹੋਈ ਤੇ ਇਸ ਸਟ੍ਰਾਈਕਰ ਦੌਰਾਨ ਕੇ ਸਾਡੇ ਬੜੇ ਹਾਰੇ ਸਾਥੀ ਜਿਹਨੇ ਵਿਚਾਰੇ ਸੁਸਾਇਡ ਵੀ ਕਰੂੜਿਆ ਕਾਰਨ ਇਹ ਕਿੰਨੇ ਬੰਦੇ ਇਸ ਲਈ ਤੱਕ ਸੁਸਾਇਡ ਕੀਤਾ ਉੰਦੀ ਸੰਖਿਆ ਵੀ ਅਡਜੈਕਟ ਦੇ ਵਿੱਚ ਸੁਣਾਈ ਨਹੀਂ ਸਕਦਾ ਬਈ ਨਾਰਮਲ ਪਤ ਲਗਭਗ 1 ਡਿਸਟ੍ਰਿਕਟ ਰਿਆਸੀ ਡਿਸਟ੍ਰਿਕਟ ਰਿਆਸੀ ਦੀ ਨਹੀਂ ਸਾਰੀ ਜੰਮੂ ਪ੍ਰੋਵੈਂਸ ਦੀ ਗੱਲ ਕੀਤੀ ਜਾ 100 ਕੋਲਾ ਅधिक ਲੋਕ ਜਿਹੜੇ ਸਾਡੇ ਸੁਸਾਇਡ ਕਰੀ ਚੁੱਕੇ ਨੇ ਜਿਨ੍ਹਾਂ ਦੀ ਹਾਲਤ ਬਿਲਕੁਲ ਕੇ ਖਰਾਬ ਪੇਜ ਵਜਾ ਕਰਨਗੇ ਜਾਂ ਆਪਣੀ ਕੋਈ ਪਰਸਨ ਵਜਾ ਕਰਨੇ ਪੇਜ ਦੀ ਵਜਾ ਮੈਕਸਿਮਮ ਵਜਾ ਤੇ ਪੇਜ ਹੀ ਗਿਆ ਸਰ ਜਿਸ ਘਰ ਵਿੱਚ ਖਾਣੇ ਦਾ ਵਸਤਾ ਰੋਟੀ ਨਹੀਂ ਹੋਗ ਲਾਣੇ ਵਾਸਤੇ ਲੜਾਈ ਹੋ ਨਹੀਂ ਹੋ ਰਹੀ ਲਾਣੇ ਵਾਸਤੇ ਕਪੜਾ ਨਹੀਂ ਹੋਗ ਬੱਚੇ ਕੀ ਤ ਉਸ ਦੁੱਧ ਨਹੀਂ ਪਲਾਈ ਸਕਾਦੇ ਉਹ ਜੀਆਂ ਮੇਰੇ ਸਾਥੀ ਹੋ ਰਹੇ ਸਨਾਇ ਕਿ ਮੇਰੇ ਇਸ ਟਾਈਮ ਦੀ ਕੰਡੀਸ਼ਨ ਜਿਹੜੀ ਹੈ ਕਿਵੇਂ ਬੱਚੇ ਕੀ ਦੁੱਧ ਨਹੀਂ ਪੂਰਾ ਕਰੀ ਸਕਾਂ ਦਾ ਅਗਰ ਇਹ ਨਿਆ ਬੇਵਾਰ ਜਿਹੜਾ ਗਵਰਨਮੈਂਟ ਨੇ ਚਲਾਇਆ ਦਾ ਇਹ ਨਿਆ ਨਿਰੰਤਰ ਚੱਲਦਾ ਰਿਹਾ ਤੇ ਬੜੀ ਹਰੀ ਸੰਖਿਆ ਸਾੜੇ ਜਿਹੜੇ ਡੇਲੀ ਵੇਚ ਰਾਜ ਤੁਸੀਂ ਕਿ ਇੱਥੇ ਬੈਠੇ ਲੱਭਾ ਦੇਣਾ ਇਹਦੇ ਵੇਚਾਂ ਕਾ ਕਈ ਵਿਚਾਰੇ ਨਹੀਂ ਹੋਣੇ ਹੋ ਹੀ ਸਕਿਆ 10 ਦਿਨ ਹੋ ਰਹੇ ਨਿਰੰਤਰ ਇਹ ਨੇ ਕੰਮ ਚੱਲਦਾ ਰਿਹਾ ਜਾਂ 20 ਦਿਨ ਹੋਰ ਚਲਾਇਆ ਗਵਰਨਮੈਂਟ ਨੇ ਤੇ ਬੜੇ ਹਾਰੇ ਸਾਥੀ ਸਾਡੇ ਰਾਤੀ ਰਾਤੀ ਬੋਣੇ ਗੰਨੇ ਬੰਦੇ ਦੀ ਕੋਈ ਸਿਹਤ ਤੇ ਹਸਤੇ ਤੇ ਠੀਕ ਨਹੀਂ ਨਾ ਰਾਤੀ ਕਰ ਪੂਰੀ ਰਾਤ ਬਈ ਰੋਗੋ ਤੋ ਨੇਚਰਲੀ ਹੈਲਥ ਤਾਂ ਖਰਾਬ ਹੋਣੀ ਹੋਣੀ ਬਿਲਕੁਲ ਨੇਚਰਲੀ ਹੈਲਥ ਖਰਾਬ ਹੋਣੀ ਹੈ ਗੱਲ ਤੁਹਾਡੀ ਸਹੀ ਹੈ ਬਿਲਕੁਲ ਰਾਤ ਹੁੰਦੀ ਹੈ ਰੈਸਟ ਕਰਨ ਵਾਸਤੇ ਲੇਕਿਨ ਇਹ ਸਾਡੇ ਵਾਸਤੇ ਸਥਿਤੀ ਹੈ ਅਸੀਂ ਬਣੀ ਚੁੱਕੀ ਦੀ ਕਿ ਅਸ ਜੇ ਘਰ ਵੀ ਬੋਚਾ ਤੇ ਉੱਥੇ ਵੀ ਆਰਾਮ ਹੈ ਨਹੀਂ ਹੈ ਸਾਰੇ ਲੋਕ ਜਿੰਨੇ ਵੀ ਇੱਥੇ ਲੋਕ ਬੈਠੇ ਨੇ ਇਹਨਾਂ ਦੇ ਘਰੇ ਦੀਆਂ ਪਰੇਸ਼ਾਨੀਆਂ ਬੜੀਆਂ ਕੇ ਜ਼ਿਆਦਾ ਹਨ ਜਿਹੜਾ ਕਰਨੇ ਇਹ ਲੋਕ ਘਰੇ ਬੋਣੇ ਦੀ ਬਜਾਏ ਸੋਚਾ ਦੇ ਕਿ ਆਸ ਡਿਪਾਰਟਮੈਂਟ ਦੇ ਸਾਹਮਣੇ ਕੋ ਬੋਚਾ ਲੋਕਾਂ ਦੀ ਨਜ਼ਰੀ ਵਿੱਚ ਬੋਚਾ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਸ ਲੋਕ ਪਰੇਸ਼ਾਨ ਆ ਅੱਛਾ ਚਲੋ ਹੋਰ ਇੱਕ ਬੰਦੇ ਕਨੇ ਹੋਰ ਮਿਲਿਆ ਜਨਾਬ ਤੁਹਾਡਾ ਕੇ ਨਾ ਸ਼ੁਕਰੀਆ ਸਰ ਪਾਰੀ ਐਕਸਪ੍ਰੈਸ ਦਾ ਮੇਰਾ ਨਾਮ ਹੈ ਪ੍ਰਕਾਸ਼ ਸਿੰਘ ਮੇਂ ਦੇਵੀਗੋ ਰੋਣਾ ਇਤੋਂ ਤੱਕ ਤਕਰੀਬਨ 60 ਕਿਲੋਮੀਟਰ ਵਿਸ਼ੇ ਬੈਸਨੂਮਾਤੇ ਬੈਕ ਸਾਈਡ ਪਹਾੜੇ ਚ ਪਹਾੜ ਵਿਚਰ ਰਸਤਾ ਗੱਡੀ ਹੱਡੀ ਜਾਂਦੀ ਉਥੇ ਸਰ ਗੱਡੀ ਦੇ ਵੀ ਘਰ ਨਹੀਂ ਜਾਂਦੀ ਟੋੜ ਤੱਕ ਜਾਂਦੀ ਸਾਡੇ ਦੇ ਵੀ ਘਰ ਗੱਡੀ ਨਹੀਂ ਬੱਚੇ ਤੁਹਾਡੇ ਕਿੰਨੇ ਬੱਚੇ ਸਰ ਮੇਰੇ ਦੋ ਨੇ ਮੇਰੀ ਕਿਹੜੀ ਕਿਹੜੀ ਕਲਾਸ ਪੜ੍ਹਦੇ ਮੇਰੀ ਬੱਚੀ ਪੜ੍ਹਦੀ 10th ਮੇਰਾ ਬੇਟਾ ਪੜ੍ਹਦਾ 8th گورਨਮੈਂਟ ਸਕੂਲ ਪਹਾੜੇ ਮੇਰੇ ਬੱਚਿਆਂ ਸੇ ਪ੍ਰੈਕਟਿਕਲ ਲੈਣਾ ਹ ਕਣ ਮੇਰੇ ਕੋਲ ਨਹੀਂ ਗਿਜਵਾ ਸਹੀ ਅੱਜ ਵੀ ਫੋਨ ਕੀਤਾ ਮੈਂ 5 ਦਿਨੋਂ ਘਰ ਜਾਣ ਵਗੈਰ ਦਿਨ ਰਾਤ ਇਹ ਕਪੜੇ ਪਹਿਨਦੇ ਨਹੀਂ ਦਿਖੀ ਲੋ ਤੁਸੀਂ ਕਣ ਕੋਈ ਚਾਰਾ ਨਹੀਂ ਹੈ ਜਾ ਚੇ ਕੋਤੇ ਇੱਕ ਮੇਰਾ ਛੋਟਾ ਬ੍ਰਦਰ ਹੈ ਪੁਲਿਸ ਚ ਚਾਰ ਮੈਂਬਰ ਮੇਰੇ ਦੋ ਬੱਚੇ ਇੱਕ ਵਾਈਫ ਤਿੰਨ ਤੇ ਇੱਕ ਮੈਂ ਚਾਰ ਇੱਕ ਮੇਰੀ ਮੰਮੀ ਪੰਜ ਪੰਜ ਬੰਦੇ ਹੀ ਅਸੀਂ ਮੇਰਾ ਭਰਾ ਹੈਲਪ ਕਰਦਾ ਨਿੱਕਾ ਮੇਰੇ ਕੋਲ ਪੁਲਿਸ ਚ ਉਸੇ ਮੈਂ ਕਿੰਨਾ ਖੂਨ ਨਿਚੋੜਾ ਉਹਦਾ ਨਿੱਕਾ ਮੇਰੇ ਕੋਲ ਮੈਂ ਉਸੇ ਆਪਣੀ ਭਰਾ ਭਰਜਾਈ ਅੱਗੇ ਮੈਂ ਕੀਆ ਮੂੰਹ ਛੋਣਾ ਰੋ ਡੇਲੀ ਮੈਂ ਅੱਜ ਮੈਂ ਆਖਾ ਪ੍ਰੈਕਟੀਕਲ ਨਹੀਂ ਬਚੀ ਹੈ ਉਤੋਂ ਦੇਣਾ ਪੈਸਾ ਕੀ ਕਰਚੇ ਅਸ ਤੁਸੀਂ ਦੱਸੋ ਇੱਕੇ ਗਵਰਨਮੈਂਟ ਅੱਗੇ ਗਵਰਨਰ ਸਾਹਿਬ ਅੱਗੇ ਇੱਕ ਅਪੀਲ ਹੈ ਤੇ ਜਾਂ ਦਾ ਗਵਰਨਰ ਸਾਹਿਬ ਅਸੀਂ ਟਰਮੀਨੇਟ ਇਸੇ ਰਾਤੀ ਆਰਡਰ ਕੱਢੋ ਤੁਸੀਂ ਅਸੀਂ ਬਾਹਰ ਕਰੋ ਜਾਂ ਸੀ ਮਰਾਓ ਜੋ ਮਰਜੀ ਕਰਨਾ ਕਰੋ ਬਾਕੀ ਮੈਨੂੰ ਸੁਣਾਈ ਰਿਹਾ ਕਿ ਅਗਰ 40 ਦਿਨ ਦੇ ਅੰਦਰ ਇਹ ਸਿਸਟਮ ਅਗਰ ਰਹੀ ਹੈ ਸਰ ਮੈਨੂੰ ਸੁਣਾਈ ਰਿਹਾ ਮੈਂ ਖੁਦ ਆਪਣੀ ਗੱਲ ਕਰਾਦਾ ਮੈਂ ਆਪਣੇ ਬੱਚੇ ਨੇ ਅੱਗੇ ਨਾ ਮੈਂ ਚੁਗਣੀ ਚੁਗਣੀ ਨਹੀਂ ਸਕਦਾ ਘਰ ਜਾਣਾ ਚੋਰਿਆਂ ਲੇਖਾ ਮੁੰਡੀ ਥੱਲੇ ਕਰਨਾ ਮੁੰਡੀ ਕਿ ਸਵੇਰੇ ਸ਼ਾਮੀ ਸਵੇਰੇ ਸ਼ਾਮੀ ਤੱਕ ਤੁਸੀਂ ਕਰਨੀ ਪ੍ਰੋਟੈਸਟ ਕਰਨਾ ਤੁਸੀਂ 48 ਸ਼ਾਮੀ ਬਲੇ ਖਾਲੀ ਘਰ ਜਾਣਾ ਤੇ ਕੀ ਕਰਨਾ ਸਰ 500 ਰੁਪਏ ਕਰਿਆ ਜਾਣ ਲੱਗਦਾ ਹੈ ਇਹ ਖਾਲੀ ਰਿਹਾ ਸੀ ਆਣੇ ਦਾ ਸੀ ਅਸੀਂ ਡਿਫਟੀ ਵੀ ਕੀਤੀ ਆ ਕੋਈ ਐਸਾ ਕੋਈ ਫਰਕ ਨਹੀਂ ਛੋੜਿਆ ਗੌਰਮੈਂਟ ਦਾ ਅਗਰ ਗੌਰਮੈਂਟ ਨੇ ਅੱਧੀ ਰਤੀ ਵੀ ਅਸੀਂ ਆਖਿਆ ਹੋਗਾ ਲੇਕਿਨ ਮੇਨ ਚੀਜ਼ ਹੈ ਸਰ ਮਨ ਨੇ ਘਰ ਉੱਪਰ ਡੇਲੀ ਵੇਚ ਰਾਇਆ ਦੇ 10 ਦਿਨ ਦੇ ਅੰਦਰ ਅਗਰ ਗੌਰਮੈਂਟ ਨੇ ਕੋਈ ਕਦਮ ਨਹੀਂ ਲਿਆ ਨਾ ਲਾਸ਼ਾਂ ਦੇ ਢੇਰ ਨਿਕਲੀ ਆਂਗ ਨਹੀਂ ਤਾਂ ਅਸਾਂ ਕੋਈ ਮਰਡਰ ਨਹੀਂ ਕਰੇਗਾ ਖੁਦ ਮਰੜ ਆਪਣੇ ਆਪ ਦੇ ਸੱਪੇ ਕਰਕੇ ਇਹਦੇ ਕੋਲ ਆ ਕੇ ਸਾਲਾ ਕੋਈ ਚੱਲ ਰਿਹਾ ਸਰ ਕਿਥੇ ਜਾਣਾ ਕਿਥੇ ਜਾਣਾ ਤੋਂ 40 ਸਾਲ ਇਹਨੂੰ ਹੱਥ ਚ ਲੈਣਾ ਗਲਤ ਚੀਜ਼ ਹੈ ਸਰ ਕਰਚੇ ਕੇ ਤੂੰ ਦੱਸੋ ਤੁਸਾਰੇ ਤੁਸੀਂ ਨਾਈਟ ਦਾ ਤੁਸੀਂ ਪ੍ਰੋਗਰਾਮ ਕੀ ਰੱਖੇ ਦਾ ਅਗਰ ਨਾਈਟ ਦਾ ਪ੍ਰੋਗਰਾਮ ਨਹੀਂ ਰੱਖਦੇ ਹਸਪਤਲ ਲੋਕ ਜਿਹੜੇ ਏਸੀ ਅੰਦਰ ਬੈਠੇ ਦੇਣ ਸਾਡੇ ਗਰੀਬਿਆਂ ਵਾਸਤੇ ਹੁਣੇ ਸਾਡੀ ਕੋਈ ਕਦਰ ਨਹੀਂ ਦੀ ਲੇਕਿਨ ਰਾਤੀ ਹੋ ਸਕਦਾ ਕੋ ਟਬਲ ਕਰਨੇ ਫੋਨ ਬਾਲਦੇ ਬਾਥਰੂਮ ਜਾਂਦੇ ਦੇਖਣ ਮੈਂ ਦੇਖਣ ਕੇ ਕਰਚੇ ਇਸ ਕੋ ਚਾਰਾ ਨਹੀਂ ਸਾੜਾ ਹੈ ਤੁਸੀਂ ਦੱਸੋ ਤੁਸੀਂ ਇੱਕ ਬੜੇ ਪੱਤਰਕਾਰ ਹੋ ਤੁਸੀਂ ਦੱਸੋ ਕਿੰਨੇ ਪੱਤਰਕਾਰੀ ਕੀਤੇ ਬਹੁਤ ਕਿਸ ਕਿਤਾ ਬਹੁਤ ਕੁਝ ਦੇਖਿਆ ਸਾੜਾ ਚਾਰਾ ਕੇ ਤੂੰ ਦੱਸੋ ਤੇ ਕਰੀ ਸਕਦੇ ਆਂ ਡੰਡੇ ਅਸੀਂ ਚੱਲੇ ਐ ਭਾਈ ਇਹਨੇ ਸਾੜਿਓ ਲੱਗਾ ਦੀਆਂ ਤੁਸੀਂ ਦੱਸੋ ਕਰਨਾ ਕੀ ਹੈ ਕੋਦੇ ਕੋਨੇ ਕੰਨੇ ਨਿਪਟਣਾ ਐਲਜੀ ਪ੍ਰਸ਼ਾਸਨ ਕੰਨੇ ਨਿਪਟੇ ਗਵਰਨਮੈਂਟ ਕੰਨੇ ਨਿਪਟੇ ਆਪਣੇ ਡਿਪਾਰਟਮੈਂਟ ਕੰਨੇ ਨਿਪਟਣਾ ਜਾਂ ਡੀਸੀ ਪ੍ਰਸ਼ਾਸਨ ਕੰਨੇ ਨਿਪਟਣਾ ਲੋਕੇ ਜਨਤਾ ਕੰਨੇ ਨਿਪਟਣਾ ਕੋਦੇ ਕੰਨੇ ਨਿਪਟਣਾ ਅਸੇ ਤੋਜ ਦਸੋ ਅਸੇ ਏਡੀ ਕਿਹੜੀ ਕੁਦਾਈ ਕੀਤੀ ਕਿਹੜਾ ਕਿਹੋ ਜਿਹਾ ਇਹ ਹੈਗੇ ਇਹ ਜੀ 101 100 100 ਲੱਖ ਪਰ ਥੀ ਹੋਈ ਸੀ ਜੇ ਫੌਜ ਡਾਕਟਰ ਜੀ ਦਿਂਦਰ ਸਿੰਘ ਹੋਰਾ ਇਹ ਫੌਜ ਇਹ ਗੇਕ ਨੂੰ ਨਹੀਂ ਲੱਗੇਦੇ ਕਿਆਂ ਲੱਗੇਦੇ ਇਹਦੇ ਕੋਲ ਪਿੱਛੇ ਜਿਹੜੇ ਅਗਰ ਉਹਨੇ 70000 ਰੁਪਏ ਦੇ ਨੀ ਕਿੰਨੇ ਬੰਦੇ ਪਰਮੈਂਟ ਹੋਇਆ ਉਹ ਕਿਹੜੇ ਵੇਸ ਉੱਪਰ ਲੱਗੇ ਉਹ ਦੱਸੋ ਉਹ ਕਾਪੀਆਂ ਕਢਾਓ ਠੀਕ ਹੈ ਕਰੋ ਬੰਦੇ ਮਰੀ ਦੇਵਾਂਗਾ ਰਟਾਇਰ ਹੋਈ ਦੇਵਾਂਗਾ ਕਰਨੇ ਵਾਲੇ ਜਿਹਨੇ ਆਰਡਰ ਕੀਤਾ ਤੇ ਲੇਕਰ ਗਾਰ ਥੋੜੇ ਮਰੇ ਦੇ ਨਹੀਂ ਇਸ ਵਾਰੀ ਕਿਹਾ ਅਗਰ ਤੁਸੀਂ ਰੈਗੂਲਾਈਜ਼ ਨਹੀਂ ਕੀਤਾ ਤਾਂ ਕੀ ਡਾਕਟਰ ਜਿੱਦਣੇ ਤੋਂ ਫਿਰ ਐਮਪੀ ਬਣਾ ਗੋ ਸਰ ਮੈਂ ਇਹ ਚਨੋਤੀ ਦੇ ਰਿਹਾ ਮੀਡੀਆ ਦੇ ਅੱਗੇ ਅਗਰ ਸਾਡਾ ਮਸਲਾ ਬੀਜੇਪੀ ਗਵਰਨਮੈਂਟ ਨੇ ਹੱਲੇ ਨਹੀਂ ਕੀਤਾ ਨਾ ਇਸ ਵਾਰੀ ਪੰਜਾਬ ਪਾਰ ਲਖਨਪੂਰ ਪਾਰ ਪੰਜ ਸੀਟਾ ਵੀ ਨਹੀਂ ਤੁੰਗਣੀ ਨਹੀਂ ਬਿਲਾ ਸ਼ਕਸਾਸਿਨ ਨੰਗਾ ਕਰੀ ਰੇਸ ਗੌਰਮੈਂਟ ਨੇ ਕੋਈ ਸਾੜੀ ਛੋੜੀ ਦੀ ਨਹੀਂ ਆਇਆ ਕਰ ਰੋਡ ਬਣਾਣੀ ਲੁੱਕਾ ਪਾ ਦੇ ਇਹਦੇ ਹੱਸੇ ਬਣਾਣੀ ਰੋਡ ਤੇ ਲੁੱਕਾ ਤੁਸੀਂ ਕੋ ਮੈਂ ਸੀ ਐਸੇ ਲੋਕਾਂ ਦੇ ਗ੍ਰਿਪੇ ਮਰੀ ਜਾਣਾ ਇਹਨੇ ਰੋੜਿਓਂ ਪਰ ਕੇ ਆਏ ਪੇੜ ਵਾਸਤੇ ਸਾੜੇ ਬੱਚੇ ਨਹੀਂ ਹਨ ਉਪਰ ਕਰਬੇ ਜੋ ਆਵਾਦੀ ਕੱਲ ਪਰਸੋਂ ਤੇ ਵਾਰ ਉਹ 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 ਬੜੀ ਜਿਹੇ ਪ੍ਰੋਬਲਮ ਕੁੱਤੇ ਜਾਣਾ ਐਸੇ ਦੱਸੋ ਨਾ ਐਸੇ ਐਸੇ ਕੁੱਤੇ ਜਾਣਾ ਉਹ ਮਰੇ ਤੁਸੀਂ 9000 ਰੁਪਏ ਥਵਾਦੀ ਤੁਹਾਡੇ ਕੋਲ ਬੜੀ ਐ ਅਸੀਂ 9000 ਥਵਾਦੇ ਇਹਨੇ ਵੀ 9000 ਰੁਪਏ ਦਿਓ ਅਸੀਂ ਜੈਸ ਮਨਜੂਰ ਆ ਜਿਸ ਚੀਜ਼ ਦੀ ਗੱਲ

ਬੱਚੇ ਅੱਜ ਨੂੰ ਟੀ ਮੰਗਦੇ ਭੁੱਖੇ ਰਹਿਣ ਸਾਡੇ ਬੱਚੇ ਭੁੱਖੇ ਰੇ ਸੁੱਤੇ ਤੂੰ ਸੁਣਾ ਦੇ ਕੀ ਕਲਾ ਦੇ ਸੋਤੇ ਹੈ ਇਹ ਖੁਸ਼ੀਆਂ ਸੇ ਨਹੀਂ ਆਵੇ ਅਸਿੱਧਾ ਬੱਚੇ ਭੁੱਖੇ ਅਸ ਦੁਖੀ ਲੋਗਾਂ ਬੜੀ ਦੁਖੀ ਹੋ ਚੁਕੇ ਨੇ ਸਾਰੀ ਕੋਈ ਬਰਿਆਦ ਨਹੀਂ ਇੱਕ ਸਾਸੀ ਡੋਰ ਇੱਕੇ ਛੁੱਟੀ ਮੀਡੀਆ ਪਰ ਇਹ ਮੀਡੀਆ ਸਾਡੀ ਬਹੁਤ ਮਦਦ ਕਰਾਦੀ ਸਤ ਸਤ ਪਨਾ ਭਗਵਾਨ ਅਗੇ ਕਰਨੇ ਆ ਭਗਵਾਨ ਹੋਣੀ ਇਨਨਾਂ ਸੁਖ ਸ਼ਾਂਤੀ ਦੇ ਮੀਡੀਆ ਦੀ ਜਿਹੜੀ ਸਾਡੀ ਗੱਲ ਹੈ ਕਿ ਗਰੀਬਾਂ ਚੁਗਾ ਦੇ ਬਾਕੀ ਕਿਹੰਜਾਂ ਹਾਏ ਹਾਏ ਕਰਦੇ ਹੈ ਇਨਾਂ ਵੀ ਇਹਨੇ ਕੀਤਾ ਕਿ ਅਸੀਂ ਦੁਆਣਿਆਂ ਵਾਸਤੇ ਬਹੁਤ ਕੁਝ ਕੀਤਾ ਦਾ ਇਹਨੇ ਲੇਕਿਨ ਉਹਨਾਂ ਦਵਣਿਆਂ ਲਈ ਜਾਨ ਨਹੀਂ ਰਹਿਦੇ ਆ ਮਨਿਕ ਸ੍ਰਿਧੀ ਬਣਾ ਦੇ ਆਸ ਬੰਨੇ ਸਤੀ ਹੋ ਰਾਦੇ ਨਸ ਇਹ ਇਹ ਪੈਠ ਹੋ ਰਹੇ ਅੱਜ ਕੀ ਢੋ ਰਹੇ ਅਸ ਇਹਦੇ ਭੁੱਖ ਲੱਗਦੀ ਅੱਗ ਲੱਗਦੀ ਹੈ ਦੋ ਟਾਈਮ ਦੀ ਰੋਟੀ ਮੰਗਾ ਦੇ ਆਸਿਬ ਬੰਕਲੇ ਨਹੀਂ ਮੰਗਾ ਦੇ ਗੱਟੀਆਂ ਨਹੀਂ ਮੰਗਾ ਦੇ ਅਸ ਦੋ ਟਾਈਮ ਦਾ ਖਾਣਾ ਮੰਗਾ ਦੇ ਅਸ ਦੋ ਦੇ ਨੇ 100 ਮਿੰਟ ਦਾ ਖਾਣਾ ਮੰਗਾ ਅਸ 70ਵੀਂ 75ਵੀਂ ਨਹੀਂ ਸਾਢੇ ਘੰਟਾ ਪੈਂਡ ਕੀਤੀ ਕਿਉਂ ਕੀਤੀ ਇਹਨੇ ਸਾਢੇ ਵਸੇ ਗਨੇ ਗੌਰਮੈਂਟ ਚਲਾ ਦੇ ਅਜਾ ਕਰੇ ਕਿਸੀ ਅਸੇ ਗਰੀਬੇ ਬਿਜਲੀ ਦੇ ਕਿਰਾਏ ਦੇ ਨੇ 55000 ਰੁਪਏ ਸੂਤ ਚੜੀ ਰੱਖੇ ਦੇ ਕੰਦੇ ਪੈਸੀ ਸੂਤ ਲੱਗਦਾ ਸਾਰਾ ਇਸੋ ਨਹੀਂ ਲੱਗਦਾ ਇੰਦੇ ਵੈਸੇ ਜਿਆਦਾ ਮਾਰੇ ਲੱਗੀਆਂ ਸਾੜਾ 50 50000 ਰੁਪਏ ਨੇ ਬਿਜਲੀਆਂ ਕਰਾਇ ਬਣਾਈ ਜਿਹੜੇ ਸੂਤ ਠੱਪੇ ਤੇ ਸੂਤ ਦਰ ਸੂਤ ਦਰ ਕੋਈ ਹੋਰ ਐਸਾ ਕੋਈ ਪੀੜਿਤ ਕੋਈ ਹੋਰ ਬੋਲਿਆਲਾ ਹੈ ਕੋਈ ਕੋਈ ਪੀੜਿਤ ਕੋਈ ਹੈ ਕੋਈ ਹੋਰ ਪੀੜਿਤ ਜੋ ਸਭ ਤੋਂ ਜਿਆਦਾ ਪੀੜਿਤ ਹੋ ਜਿਸ ਜਿਸ ਦਿਲ 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 ਤਕਲੀਫ ਹੋਏ ਔਰ ਜਿਹੜਾ ਹੈ ਕਿ ਆਪਣਾ ਬੁਆਲ ਕੱਢੀ ਸਕਦਾ ਹੋਏ ਉਹ ਆਈ ਸਕਦਾ ਅਗਰ ਨਹੀਂ ਆਣਾ ਤਾਂ ਹੈ ਆਏ ਕੋਈ ਆਓ ਤੁਸੀਂ ਆਪਣਾ ਕੋਈ ਕਸ਼ਟ ਤਕਲੀਫ ਕੋਈ ਔਰ ਤੁਸੀਂ ਆਪਣੀ ਪ੍ਰੋਬਲਮ ਦੱਸੋ ਨਾਮ ਦੱਸੋ ਪਹਿਲੇ ਪ੍ਰੋਬਲਮ ਦੱਸੋ ਕਿਥੇ ਰਹਿੰਦੇ ਤੁਸੀਂ ਇਹ ਇਹ ਦੱਸੋ ਪਹਾੜੀ মিডিਆ ਦਾ ਬੜਾ ਬੜਾ ਧੰਨਵਾਦ ਉਹਦੇ ਦੇਖਣ ਵਾਲੇ ਦਰਸ਼ਕਾਂ ਦਾ ਹੀ ਮਾਦਾ ਮਾਦਾ ਧੰਨਵਾਦ ਮੇਰਾ ਨਾਮ rahul sharma ਹੈ ਅਸ ਮੈਂ iit worker 2007 ਵਿੱਚ ਇਸ ਵਿਭਾਗ ਵਿੱਚ ਆਪਣੀ ਸੇਵਾ ਦੇਣੇ ਆਇਆ ਹਾਂ ਉਸ ਟਾਈਮ ਮੈਂ 12ਵੀਂ ਪਾਸ ਕੀਤੀ ਹੋਈ ਸੀ ਦੇ ਪਲੱਸ 2 ਸਾਲ ਦਾ ਆਈਟੀਆ ਬਕਸਰ ਮੁਕਸਰ ਗੱਲ ਆ ਉਹ ਘਰ ਕਿੰਨੇ ਚੱਲਦਾ ਬਸ ਮਸਲਾ ਇੱਥੇ ਕਿ ਤੁਸੀਂ ਡੇਲੀ ਵਜਰੋ ਘਰ ਕਿੰਨੇ ਚੱਲਦਾ ਘਰ ਦੀ ਕੀ ਸਥਿਤੀ ਹੈ ਦੇਖੋ ਸਰ ਉਹਦੇ ਰੱਬ 'ਤੇ ভরਸੇ ਨਾਲ ਚਲਾਦਾ ਜਾਂ ਕੋਈ ਵੱਡੇ ਸਾੜੇ ਬਜ਼ੁਰਗਿਆਂ ਕੋਈ ਕੰਮ ਕੰਮ ਕੀਤੇ ਦੇਣ ਦੇ ਉੰਦੀ ਆਸ ਕਮਾਈਆਂ ਖਾਣਿਆ ਦਿਨੇ ਦੇ ਆਖੋ ਇਸ ਨੌਕਰੀ ਦੇ ਬੇਸ ਪਰ ਸ ਸਮਾਜ ਵਿੱਚ ਮੂੰਹ ਘੜਚਾ ਉਹ ਨਹੀਂ ਘੱਡੀ ਸਕਦੇ ਤੇ ਜੇਕਰ ਸਾਢੇ ਗਨੇ ਸ਼ੋਸ਼ਣ ਹੋਇਆ ਸਟਾਰਟਿੰਗ ਬੱਚੇ ਬੱਚੀ ਦੀ ਕੀ ਕੰਡੀਸ਼ਨ ਹੈ ਬਰਤਨ ਬਰਦਾਰ ਰਿਸ਼ਤੇਦਾਰ ਕਿੰਨਾਂ ਚੱਲਦਾ ਇਸ ਤੋਂ ਕਹਾ ਕਰਨੇ 70 ਮਹੀਨੇ ਤਨਗਾਰੀ ਮਿਲੀ ਤੁਹਾਡੀ ਕਿੰਨੀ ਪੈਂਡਿੰਗ ਤੁਨ ਖਾਇ ਇਸ ਲਈ ਤੱਕ ਸੜੀ ਜੇ ਕੀ ਪ੍ਰਾਪਰ ਅਗਰ ਸਾਢਾ ਵਰਗ ਦਿਖਿਆਈਆਂ ਤਾਂ ਕਈਆਂ ਦੀ 70 ਮਹੀਨੇ ਦੀ 75 ਮਹੀਨੇ ਦੀ ਤੁਹਾਡੀ ਕਿੰਨੀ ਆਪਣੀ ਗੱਲ 26 ਮਹੀਨੇ ਦੀ ਪੈਂਡਿੰਗ ਬੀਜੇ ਸ ਹੈ ਇਹ ਪਿਛਲੇ 5 ਸਾਲਾਂ ਦੇ ਵਿੱਚ 26 ਮਹੀਨੇ ਦੀ ਪੈਂਡਿੰਗ ਹੋਈ ਮਤਲਬ 30 ਮਹੀਨੇ ਵਿੱਚ 34 ਮਹੀਨੇ ਦੀ ਹੋਈ ਤੇ 26 ਮਹੀਨੇ ਪੈਂਡਿੰਗ ਹੋਈ ਦੇ ਦੇ ਇਸ ਬੀਜਪੀ ਦੀ ਹਕੂਮਤ ਦੇ ਦੌਰਾਨ ਹੋਇਆ। ਤੋਂ 26 ਮਹੀਨੇ ਜਿਹੜੀ ਪੈਂਡੀ ਚੱਲੇ ਦੀ ਉਸ ਦੌਰਾਨ ਅਗਰ 1 ਮਹੀਨੇ 1 1 ਦਿਨ ਤਨਖਾਣ ਲੱਭੇ ਤਾਂ ਬੰਦੇ ਦੀ ਹਾਲਤ ਖਰਾਬੀ ਹੁੰਦੀ 26 ਮਹੀਨੇ ਤੁਸੀਂ ਕਿਹ ਆਪਣਾ ਟਾਈਮ ਬਚੇ ਕਰਨ ਕਿਹ ਪਾਸ ਕਰ ਦਿਓ ਕਨਾ ਸਰ ਬੜਾ ਮੁਸ਼ਕਲਾ ਕੀ ਕੀ ਥੋੜਾ ਵਿੱਚ ਕਰੋਨਾ ਕਾਲ ਆਈ ਆ ਉਸ ਦੌਰਾਨ ਦੇ ਜਾਂ ਉਹਦੀ ਵਜ੍ਹਾ ਕਨੇ ਸਾੜੀ ਪੈਨਸ਼ਨ ਔਰ ਤਨਖਾਹ ਰੋਕੀ ਆ ਜੇ ਰੱਬ ਜਾਣੇ ਕੀ ਕੀ ਬਾਕੀ ਲੋਕੇ ਇਹ ਨਹੀਂ ਕਰੇ ਬੈਠੇ ਤਨਖਾਹਾਂ ਦਿੱਤੀਆਂ ਮਲਾਜ਼ਮਾਂ ਨੂੰ ਮਗਰ ਡੇਲੀ ਬੇਜਰ ਅਸੀਂ ਲੋਕੇ ਕਰੋਨਾ ਦੌਰਾਨ ਵੀ ਕੰਮ ਕੀਤਾ ਲੋਕੇ ਦਾ ਘਰ ਡੋਰਸਟੈਪ ਪਾਣੀ ਕੰਮ ਬੰਦ ਨਹੀਂ ਹੋ ਸਕਦਾ ਅਸੀਂ 19 ਮਤਲਬ ਕਰੋਨਾ ਦਾ ਹਾਲਾਤ ਵਿੱਚ ਵੀ ਛੱਡੀਆ ਵੀ ਲੋਕੇ ਆਪਣਾ ਕੰਮ ਕਰੀਆ ਅਸੇ ਬਾਅਦ ਜਿੱਤਾ ਅਸੀਂ ਕਰੋਨਾ ਹੀ ਲੋਕੇ ਹੀ ਬਾਹਰ ਜਾਣ ਦੀ ਕੋਈ ਮਤਲਬ ਇਜਾਜ਼ਤ ਨਹੀਂ ਮਗਰ ਅਸੇ ਉਸ ਕਰੋਨਾ ਹੀ ਵੀ ਛੱਡੀਆ ਲੋਕ ਆਪਣੇ ਘਰੇ ਚ ਬੜੀਦੇ ਅਸੇ ਬਾਹਰ ਨਿਕਲੀਆ ਲੋਕੇ ਪਾਣੀ ਪਲਾਇਆ ਹੁੰਦੇ ਡੋਰਸਟੈਪ 'ਤੇ ਹੁੰਦਾ ਕਰੋਨਾ ਤੋਂ ਤਾਸ ਹੈ ਮਗਰ ਇਸ ਗਵਰਨਮੈਂਟ ਨੇ ਸਾੜੀ ਉਹ ਬੇਜਸ ਖਾਈ ਲਈ ਉਸ ਦਿਨਾਂ ਉਸ ਦੌਰਾਨ ਦੀ ਅੱਜ ਅਸ ਗੱਲ ਕਰ ਰਹੇ ਆ ਸੌਤ ਕੋਲਾ ਮਦਾ ਤੇ ਹੜੇ ਹੋਈ ਐ ਅਸੀਂ ਮੰਗ ਕਰਦੇ ਹੋਈ ਪੈਂਡਿੰਗ ਬੇਜ ਜੀ ਸਲੀਜ਼ ਕਰੋ ਇਹਦੇ ਲਈ ਕਿਹੜਾ ਕਾਨੂੰਨ ਚਾਹੀਦਾ ਕਿਹੜੀ ਗਵਰਨਮੈਂਟ ਚਾਹੀਦੀ ਨਹੀਂ 646 ਕਰੋੜ ਰੁਪਇਆ ਸਾੜਾ ਸਾਡੇ ਚੀਫ ਇੰਜੀਨੀਅਰ ਨੇ ਉਹਨੇ ਲਿਖਿਆ ਦਿੱਤਾ ਕਿ ਇਹਨੇ ਲੋਕਾਂ ਦਾ ਮੇਰਾ ਪੈਂਡਿੰਗ ਹੈ ਡੇਲੀ ਵੇਜਰਿਆਂ ਦਾ ਗਰੀਬ ਮਜ਼ਦੂਰਿਆਂ ਦਾ ਮਗਰ ਉਹਦਾ ਕੋਈ ਗੱਲ ਨਹੀਂ ਕਰਦਾ ਰਵਿੰਦਰ ਰਾਣਾ ਆਉਂ ਕਰਗਾ ਆਉਂ ਬੈਠੇ ਦਾ ਆਉਂ ਬੈਠੇ ਦਾ ਉਹ ਭਾਈ ਬੈਠੇ ਨਾਲੇ ਆਦੇ 370 ਕਰੋੜ ਦੀ ਉਹ ਲਾ ਕੋਈ ਗਵਰਨਮੈਂਟ ਨਹੀਂ ਆਂ ਤੀਏ ਦਰੂੜੂੜੀਆਂ ਕੋਈ ਗੌਰਮੈਂਟ ਨਹੀਂ ਇਸੇ ਦੌਰਾਨ ਸਾਢੇ ਪੀ ਡੀ ਡੀ ਦੇ EMPLOYEES ਹੈ ਜੇ ਕਿ ਉਹਨੇ ਪ੍ਰੋਟੈਸਟ ਕੀਤਾ ਕੋਈ 6 ਦਿਨ ਦਾ ਪ੍ਰੋਟੈਸਟ ਦਾ ਅੰਦਰ ਗਿਆ ਹੁੰਦਾ ਮੰਗ ਪੂਰੀ ਹੋ ਗਈ 12000 ਡੇਲੀ ਵੇਚ ਰਹੀ ਉਹਦਾ ਲਾਭਤ ਹੋਇਆ ਉਹਨੇ ਲਿਸਟਾਂ ਬਣੀਆਂ ਕੈਸ਼ ਹੁੰਦੇ ਪੱਕੀ ਹੋਈਏ ਕੈਸ਼ ਪੱਕੇ ਹੋਣ ਦੀ ਮਿਹਤ ਚ ਰੱਖਿਆ ਮਗਰ ਸਾੜਾ ਵੀ ਇੱਕ ਵਿਭਾਗ ਹੈ ਐਸੈਂਸ਼ੀਅਲ ਸਰਵਿਸ ਦੇਣਾਂ ਦਾ ਵਿਭਾਗ ਹੈ ਮਗਰ ਉਹਦਾ ਬਾਰੇ ਸੋਚ ਵਿਚਾਰ ਗਿਆ ਨਹੀਂ ਉਹਦੇ ਲਈ ਆਖਦੇ ਕਿ ਮੀਗੀ ਪਹਿਲੇ ਸੀਐਮ ਬਣਾਓ ਮੀਗੀ ਕਲਮ ਦਿਓ ਮੇਰੇ ਦੋਸਤ ਮਿੱਤਨ ਮਗਰ ਆਗੇ ਦੁਆਰ ਕਾ ਦੀਸ ਬਣਾਓ ਮੀਗੀ ਪਹਿਲੇ ਸੀਐਮ ਬਣਾਈਏ ਉਸਨੇ ਕੁੱਥ ਲਿਆ ਉਹਨਾ ਫੰਡ ਪੈਸਾ ਦਾ ਮਸਲਾ ਮਸਲਾ ਪੈਸੇ ਦਾ ਪੈਸਾ ਕੁੱਥੋਂ ਆਇਆ ਨਾ ਅੱਬ ਜਾਣੋ ਜੀ ਹੁਣ ਪੀਐਚੀ ਵਾਲੇ ਲਈਏ ਪੈਸੇ ਨਹੀਂ ਆਨੇ ਦੇ ਇਥੇ ਪਰਮਨੈਂਟ এমਪਲਾਈਜ਼ ਦੀ ਡਿਊਟੀ ਬਣੀ ਦੇ ਹੁਣੇ 10 10 15 15 ਹਜ਼ਾਰ ਨਹੀਂ ਇਥੇ ਲੇ ਕੇ ਪਾਈਪੇ ਵੇਚਣ ਹੁਣ ਨਹੀਂ ਉਹਦੀ 10 10 15 ਹਜ਼ਾਰ ਬੇਜੇਸ ਬਧੀ ਹੈ ਪੀਐਚੀ ਡਿਪਾਰਟਮੈਂਟ ਮੁਖਤਲਿਫ ਡਿਪਾਰਟਮੈਂਟ ਇਹ ਰੋਈਸਾ ਦਾ ਕਿ ਸੀਐਮ ਸਾਹਿਬ ਬਣਿਆ ਤੇ ਕਹਿੰਦਾ ਫੰਡ ਫੰਡ ਲਈਏ ਹੁਣ ਪੈਸੇ ਨਹੀਂ ਬੋਰਡ ਨਹੀਂ ਮਾਰਾ ਇਹ ਪੈਸੇ ਦਾ ਧੋਖਾ ਕਿ ਡੇਲੀ ਵੇਜ ਦੇਣੀ ਪੈਸੇ ਨਹੀਂ ਹੈ ਬਾਕੀ ਸਾਰੇ ਬੰਦੇ ਨਾ ਉਹਨਾਂ ਅਮੀਸ਼ਾ ਹੋਏ 2000 ਕਰੋੜ ਰੁਪਏ ਉਸੇ ਨਗਰ ਪ੍ਰੋਜੈਕਟ ਦੇ ਆਏ ਤੇ ਸਾੜੇ ਲਈ ਪ ਇਹ ਦੇ ਮੇ ਅਖਾ ਨਾ ਜੇ ਕੋ ਖਲਾ ਪੈਸਾ ਨਹੀਂ ਹੈ ਇਹ ਨਹੀਂ ਹੈ ਉਹ ਝੂਠ ਮਾਰਦੇ ਸਾਰਾ ਸਾਰ ਅਗਰ ਪੈਸਾ ਨਹੀਂ ਹੈ ਇਹ ਇਹ ਤਾਂ ਨਹੀਂ ਹੈ ਨਾ ਫਾਈਨਸ ਡਿਪਾਰਟਮੈਂਟ ਜਿਹੜਾ ਇਹਦਾ ਆਪਣੇ ਘਰ ਰਹੋਦਾ ਉਹ ਚੀ ਅਖਾ ਦਾ ਫੰਡ ਨਹੀਂ ਹੈ ਸਰ ਮੈਨੇਜਮੈਂਟ ਠੀਕ ਨਹੀਂ ਹੈ ਪੈਸੇ ਦੀ ਜੇ ਕਿ ਜ਼ਰੂਰਤ ਮੰਦੀ ਦੇਣਾ ਜਿਸ ਦੀ ਪਹਿਲੇ ਰੋਟੀ ਇੱਕ ਬੇਸਿਕ ਗਵਰਨਮੈਂਟ ਦਾ ਕੇ ਨਤੀਜਾ ਹੁੰਦਾ ਕਿ ਸਭ ਤੋਂ ਪਹਿਲੇ ਲੋਕਾਂ ਨੂੰ ਰੋਟੀ ਪਿਆ ਤਿਆਰ ਦੇਣੀ ਰੋਟੀ ਕਪੜਾ ਮਕਾਨ ਇਹ ਬੇਸਿਕ ਨੀਸੈਸਿਟੀ ਜਿਹੜੀਆਂ ਪੂਰੀਆਂ ਕਰਨੀਆਂ ਬ੍ਰੈਡ ਬਟਰ ਦਾ ਉਹਦਾ ਸਵਾਲ ਹੈ ਉਸੀ ਰੋਟੀ ਦੇਣਾ ਸਵਾਲ ਹੈ ਜਦ ਉਹ ਤੁਹਾਦੀ ਉਹਦਾ ਬਾਅਦ ਡਵੈਲਪਮੈਂਟ ਦਾ ਫਾਇਦਾ ਅਗਰ ਕੁਛ ਲੋਕ ਮਹਰਾਦਨ ਉਹਨੇ ਰੂਟੀ ਨਹੀਂ ਧੁਆਦੀ ਕੰਮ ਕਰਦੇ ਹੋਈ ਵੀ ਇੱਕ ਆਕੂ ਨੇ ਬੇਲੇ ਕੋਈ ਕਾਲ ਪਈ ਆ ਉਹ ਵੀ ਗੱਲ ਹੈ ਸਾਰਾ ਹਿੰਦੁਸਤਾਨ ਸਭ ਤੋਂ ਜ਼ਿਆਦਾ ਅਨਾਜ ਤਿਆਰ ਕਰਾਦਾ ਸਭ ਕਿਸੇ ਜ਼ਿਆਦਾ ਨੰਬਰ ਸਰਕਾਰ ਵਾਲਾ ਬਿਜਲੀ ਅਨਾਜ ਵਗੈਰਾ ਸਰ ਸਰਕਾਰ ਵਾਲਾ ਬਿਜਲੀ ਦਾ ਰੇਟ ਕਿਥੇ ਜ਼ਿਆਦਾ ਪਾਣੀ ਪਾਣੀ ਕਿਥੇ ਜ਼ਿਆਦਾ ਗਰੋਇੰਗ ਇਕਨੋਮੀ ਹੈ ਦੇ ਸਿਲੰਡਰ ਜਿਹੜਾ 450 ਦਾ ਦੇ ਅੱਜ 11 1200 ਰੁਪਏ ਦਾ ਠੀਕ ਹੈ ਜੀ ਅچھے ਦਿਨ تھے ਉਹ ਅچھے ਦਿਨ تھے ਮੇਰੇ ਖਿਆਲ दर्शकों वीडियो थोड़ी सी लंबी हो सकती है लेकिन देखियो जरूरी क्योंकि ये गरीबे आवाज़ जी है ये बड़ी बड़ी दर्द हो असें भी सुनिए बड़ी दर्द है हो जिन्हें जिन्हें भी दर्द हो तो जरूरी अपना अपना अपनी अपना व्यू जरूर रख विचार जरूर रखिए ये बच्चे और मैं ज़्यादा नहीं आखि भी एस राजपूत की इजाजत और फिर नैक्सट वीडियो में फिर मिल गए जय हिंद नमस्कार